ਬੀਤੇ ਦਿਨ ਹੁਸ਼ਿਆਰਪੁਰ ਦੇ ਮੁਹੱਲਾ ਸੁੰਦਰ ਨਗਰ 'ਚ ਇੱਕ ਵਿਅਕਤੀ ਵੱਲੋਂ ਖੇਤਾਂ 'ਚ ਪੱਠੇ ਵੱਢ ਰਹੀ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮਹਿਲਾ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਅੱਜ ਇਸ ਮਾਮਲੇ 'ਚ ਦਰਿੰਦਗੀ ਦੀਆਂ ਹੱਦਾਂ ਪਾਰ ਕਰਦਿਆਂ ਹੋਇਆਂ ਉਕਤ ਹਮਲਾਵਰ, ਜਿਸ ਦਾ ਨਾਮ ਅਸ਼ੋਕ ਦੱਸਿਆ ਜਾ ਰਿਹਾ, ਉਸ ਵੱਲੋਂ ਉਕਤ ਮਾਰਕੁੱਟ ਮਾਮਲੇ 'ਚ ਗਵਾਹ ਬਣੀ ਮਹਿਲਾ ਦੀ 6 ਮਹੀਨਿਆਂ ਦੀ ਬੱਚੀ ਨੂੰ ਜਾਨੋਂ ਮਾਰਨ ਦੇ ਮਨਸੂਬੇ ਦੇ ਨਾਲ ਬੱਚੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਮੁਹੱਲਾ ਸੁੰਦਰ ਨਗਰ ਦੀ ਹੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਇਸ ਬੱਚੀ ਦੀ ਮਾਤਾ ਆਪਣੀ ਬੱਚੀ ਨੂੰ ਘਰੇ ਛੱਡ ਕੇ ਕੰਮ ਕਰ ਰਹੀ ਸੀ ਤਾਂ ਇਸ ਦੌਰਾਨ ਉਕਤ ਹਮਲਾਵਰ ਅਸ਼ੋਕ ਆਇਆ ਅਤੇ ਬੱਚੀ ਦਾ ਮੂੰਹ ਦਬਾ ਦਿੱਤਾ ਅਤੇ ਉਸਦੀ ਜ਼ੋਰ ਜ਼ੋਰ ਨਾਲ ਕੁੱਟਮਾਰ ਵੀ ਕੀਤੀ ਅਤੇ ਤੁਰੰਤ ਪਰਿਵਾਰ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਦੂਜੇ ਪਾਸੇ ਪੁਰੋਹਿਰਾ ਪੁਲਿਸ ਚੌਕੀ ਦੇ ਅਧਿਕਾਰੀ ਗੁਰਮੀਤ ਰਾਮ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਹੁਸ਼ਿਆਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜੀਤ ਕੌਰ। ਕਿੱਥੋਂ ਦੇ ਰਹਿਣ ਵਾਲੇ ਹੋ? ਸੁੰਦਰ ਨਗਰ। 6 ਮਹੀਨੇ ਦੀ ਬੱਚੀ ਦੇ ਨਾਲ ਕੁੱਟਮਾਰ ਹੋਈ ਹੈ, ਕੀ ਗੱਲ ਹੋਈ ਹੈ? ਇਹ ਬੱਚਾ ਮੰਜੇ 'ਤੇ ਸੋ ਰਿਹਾ ਸੀਗਾ, ਉਹਦੀ ਜਿਹੜੀ ਚਾਚੀ ਕਤਾਈ ਆ ਉਹ ਪਾਣੀ ਭਰਨ ਚਲ ਗਈ, ਬੱਚੇ ਨੂੰ ਮਗਰੋਂ ਅੰਦਰ ਵੜਿਆ, ਵੜ ਕੇ ਦੱਬ ਕੇ ਮੂੰਹ ਘੁੱਟ ਕੇ ਉਹਨੂੰ ਮਾਰ ਕੇ ਸੁੱਟ ਗਏ ਆਪਣੇ ਵੱਲੋਂ। ਇਹ ਹੈਗਾ ਕੌਣ ਬੰਦਾ? ਅਸ਼ੋਕ ਕੁਮਾਰ। ਉੱਥੇ ਕਿੱਥੇ ਦਾ ਰਹਿਣ ਵਾਲਾ? ਸੁੰਦਰ ਨਗਰ। ਕਿਉਂ ਬੱਚੀ ਨੂੰ ਇੱਦਾਂ ਕੁੱਟਮਾਰ ਕਿਉਂ ਕੀਤੀ ਇਹਨੇ? ਇਹਦੇ ਪਹਿਲਾਂ ਮਤਲਬ ਕਿ ਜਿਹਨਾਂ ਦੇ ਘਰ ਸੀਗੀ ਨਾ ਉਹਨਾਂ ਨੂੰ ਹੀ ਪਹਿਲਾਂ ਇਹਨੇ ਮਾਰ ਕੇ 2 ਦਿਨ ਪਹਿਲਾਂ ਇੱਥੇ ਹਸਪੀਟਲ 'ਚ ਚਾਰਤਾ। ਖੇਤਾਂ 'ਚ ਜਿਹੜੀ ਲੇਡੀਜ਼ ਨਾਲ ਕੁੱਟਮਾਰ ਕੀਤੀ ਸੀ? ਹਾਂ, ਖੇਤਾਂ 'ਚ ਜਿਹੜੀ ਸਿੱਟੀ ਸੀ ਨਾ ਉਹ ਵੀ ਉਹਨੇ ਕੀਤਾ ਸੀ। ਉਹੀ ਚੱਕਰ ਦੇ ਵਿੱਚ ਇਹਨੇ ਕੁੜੀ ਨੇ ਕਹਿ ਬੈਠੀ ਵੀ ਮੈਂ ਪੱਠੇ ਨਾਲ ਗਈ ਹਾਂ ਨਾਲ, ਮੇਰੇ ਸਾਹਮਣੇ ਮਾਰਿਆ, ਬਸ ਇੰਨੀ 'ਚ ਕਹਿੰਦਾ ਤੇਰੇ ਬੱਚੇ ਸਾਰੇ ਹੀ ਮਾਰ ਦੇਣੇ ਆ, ਇਸ ਚੱਕਰ 'ਚ ਇਹਦੇ ਬੱਚੇ ਨੂੰ ਵੀ ਮਾਰ। ਕਿੰਨੀ ਉਮਰ ਆ ਗੁੜੀਆ ਦੀ ਇਹਦੀ? 6 ਮਹੀਨੇ। ਕਿਆ ਨਾਮ ਹੈ ਬੱਚੀ ਦਾ? तो क्या हुआ आज राधिका के साथ? मैं तो पट्टे खिलाने आए तो उसके घर में सुधा दी है, वो आया पता नहीं मार के चल गया। तो वो भी मोहल्ले में रहता है वो भी? हाँ। अच्छा, क्या पुलिस से क्या मांग करते हो? हाँ? पुलिस से क्या कहना चाहते हो, क्या मांग करते हो? निसाब से। जी सर, एक छोटी बच्ची के नाल कुटमार का मामला सामने आया है, की मामला है ते की इसके विच तक कार्रवाई की? हाँ जी, मैं इंचार्ज ਚੌਂਕੀ ਪੁਰਹੀਰਾ ਸਬ ਇੰਸਪੈਕਟਰ ਗੁਰਮੀਤ ਰਾਮ। ਮੈਨੂੰ ਕੁਝ ਦੇਰ ਪਹਿਲਾਂ ਮੈਸੇਜ ਮਿਲਿਆ ਸੀ ਕਿ 6 ਮਹੀਨੇ ਦੀ ਬੱਚੀ ਹੈ ਜਿਹਦੇ ਨਾਲ ਕੁੱਟਮਾਰ ਦਾ ਮਾਮਲਾ, ਡਾਕਟਰ ਸਾਹਿਬ ਨੇ ਫੋਨ ਕੀਤਾ ਸਿਵਲ ਹਸਪਤਾਲ ਤੋਂ, ਦੱਸਿਆ ਸੀ ਕਿ 6 ਮਹੀਨੇ ਦੀ ਬੱਚੀ ਦੇ ਨਾਲ ਕੁੱਟਮਾਰ ਹੋਈ ਹੈ। ਜਿਹੜੇ ਮੈਂ ਮੌਕੇ 'ਤੇ ਸਿਵਲ ਹਸਪਤਾਲ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ, ASI ਸ਼ਮਸ਼ੇਰ ਸਿੰਘ ਅਤੇ ASI ਰਵਿੰਦਰ ਸਿੰਘ ਮੌਕੇ 'ਤੇ ਭੇਜੇ ਆ ਸਿਵਲ ਹਸਪਤਾਲ, ਜੋ ਵੀ ਯੋਗ ਕਾਰਵਾਈ ਹੋਊਗੀ ਕੀਤੀ ਜਾਊਗੀ। ਘਰਦਿਆਂ ਦਾ ਬਿਆਨ ਵਗੈਰਾ ਆਇਆ? ਨਹੀਂ, ਅਜੇ ਇਹ ਗੱਲ ਨਹੀਂ ਸਾਹਮਣੇ ਆਈ ਕੋਈ ਵੀ, ਤੇ ਮੌਕੇ ਤੇ ਗਏ ਆ, ਜਿੰਨਾ ਦੀ ਮੌਕੇ ਦੀ ਕਾਰਵਾਈ ਹੋ ਗਈ ਕੀਤੀ ਜਾਊਗੀ। We at GNA University see potential in everyone and everything around us. We drive innovation and entrepreneurship. We groom competent global citizens to affect positive change around them.